केंद्र सरकार वालों खेती संबंधी जिहड़े 3 कानून पास किए गए हैं उन्होंने कानूनों का पूरे पंजाब दे विच हरियाणा दे विच देश पद्धर ते लगातार विरोध हो रहा 38वें दिन दे विच अज किसानों का संघर्ष पहुँच चुका लगातार 38 दिनों तो पंजाब दे किसान सड़कों ते ने इस कानूनों नूं वापस कराउण लई संघर्ष कर रहे हैं। बरनाला दे विच भाजपा के जिला प्रधान के घर अगे भी लगातार भारतीय किसान यूनियन एकता ग्राहां वालों मोर्चा लाया गया तो अज भाजपा के सीनियर आगू मनोरंजन कालिया इतने पहुंचे ने उन्हों का घराओ किया गया उन्होंने लगातार 2 घंटे तो उत्थे बंद किया गया साढ़े ना भारतीय किसान यूनियन के आगू ने उन्होंने गल करेंगे साढ़े ना जरनैल सिंह जवंदा भारतीय किसान यूनियन एकता ग्राहां के आगू ने अज जिहड़ा ही मनोरंजन कालिया भाजपा के आगू आए थे उन्होंने घराओ किया गया की कहना चाहूँगा जिहड़ा यह मनोरंजन कालिया आया है 3 खेती कानूनों के खिलाफ किसानों का जिहड़ा संघर्ष चल रहा है अपने हेठले वर्करां हेठले जिले के आगुआं ये कह रहा है कि तुसी किसानां नूं समझा नहीं गए सके सोडी मैं क्लास लाउणा गा तुसी आ गल्लां किसानां नूं समझाउणियां ने भी जिहड़े इह कानून ने गे ये सोडे पक्ष दे ने गे इस करके इत्थे आया सीगा सानूं इहदी भिणक लगी जदों असीं इहनूं आ के घेर लिया असीं इहनूं नप लिया घराओ इहदा जारी हैगा किन्ना टाइम जारी रहूगी घराओ इहदा घराओ अणमिथे समें वास्ते है जदों थाईं इह कोई विश्वास नहीं सानूं दिवाउंदा ਜਾਂ ਸਾਡੀ ਹਾਈ ਕਮਾਂਡ ਦਾ ਜਿੰਨਾ ਚਿਰ ਕੋਈ ਹੁਕਮ ਨਹੀਂ ਆਉਂਦਾ ਇਹ ਘਰਾਵ ਜਾਰੀ ਰਹੂਗਾ ਘਟਨਾ ਹੋਰ ਵੀ ਆਗੂ ਨੇ ਰੂਪ ਸਿੰਘ ਜੀ ਕੀ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਇੰਨੇ ਦਿਨਾਂ ਤੋਂ ਬੈਠੇ ਸੀ ਵੀ ਇਹ ਜਿਹੜੇ ਭਾਜਪਾ ਆਗੂ ਨੇ ਤੁਹਾਨੂੰ ਚੈਲੰਜ ਕਰਨ ਆਏ ਸੀਗੇ ਕਿਸਾਨ ਜਥੇਬੰਦੀਆਂ ਨੂੰ ਇਹ ਤਾਂ ਬਿਲਕੁਲ ਕਲੀਅਰ ਸੀ ਪਹਿਲਾਂ ਅਸੀਂ ਦਿੱਲੀ ਜਾ ਕੇ ਆਏ ਹਾਂ ਦਿੱਲੀ ਸਾਨੂੰ ਬੁਲਾਇਆ ਇਹਨਾਂ ਨੇ ਗੱਲਬਾਤ ਵਾਸਤੇ ਪਰ ਉੱਥੋਂ ਦਾ ਇੱਕ ਥੱਲੇ ਵਾਲਾ ਖੇਤੀ ਕਮਿਸ਼ਨ ਦਾ ਕੋਈ ਅਧਿਕਾਰੀ ਸੀਗਾ ਉਹ ਗੱਲਬਾਤ ਵਾਸਤੇ ਬੈਠਾ ਸੀਗਾ ਦੂਜੇ ਪਾਸੇ ਸੈਂਟਰ ਦੀ ਸਰਕਾਰ ਨੇ 8 ਮੰਤਰੀ ਪੰਜਾਬ ਦੇ ਵਿੱਚ ਭੇਜਦੇ ਹਾਲਾਂਕਿ ਸਾਨੂੰ ਟਾਈਮ ਦਿੱਲੀ ਦਾ ਦਿੰਦੇ ਨੇ ਉਹ ਜੇ ਸਾਡੇ ਨਾਲ ਉਹ ਗੱਲਬਾਤ ਇੱਥੇ ਆ ਕੇ 8 ਮੰਤਰੀ ਜਿਹੜੇ ਸੀਗੇ ਆ ਸਾਡੇ ਨਾਲ ਗੱਲਬਾਤ ਕਰਦੇ ਹੋ ਸੂਬਾ ਕਮੇਟੀ ਨਾਲ ਗੱਲ ਕਰਬਾਤ ਦੂਜੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹੋ ਕੋਈ ਸੀਗਾ ਇਹਦੀ ਗੱਲਬਾਤ ਕਰਨ ਦਾ ਉਹਨਾਂ ਦਾ ਮਤਲਬ ਇਹ ਸੀਗਾ ਵੀ ਪੰਜਾਬ ਦੇ ਵਿੱਚ ਜਾ ਕੇ ਦੂਜੇ ਲੋਕਾਂ ਨੂੰ ਅਸੀਂ ਭੜਕਾਈਏ ਜਾਂ ਭੜਕਾਟ ਪੈਦਾ ਕਰੀਏ ਇਸ ਕਰਕੇ ਜਿਹੜਾ ਘੋਲ ਇਹਨਾਂ ਦਾ ਹੋਰ ਲੈਂਡ 'ਤੇ ਜਾਵੇ ਇਹ ਵੀ ਜਿਹੜਾ ਅੱਜ 13 ਮੈਂਬਰੀ ਇਹਨਾਂ ਦੀ ਕਮੇਟੀ ਬਣੀ ਹੋਈ ਹੈ ਉਹਦੇ ਵਿੱਚ ਜਿਹੜਾ ਮਨੋਰੰਜਨ ਕਾਲੀ ਹੈ ਉਹਦੇ ਵਿੱਚ ਕਮੇਟੀ ਦੇ ਵਿੱਚ ਮੈਂਬਰ ਹੈਗਾ ਇਸ ਕਰਕੇ ਅਸੀਂ ਇਹਦਾ ਘਰਾਓ ਕਰਿਆ ਵੀ ਇਹ ਭਾਜਪਾ ਦੇ ਵਿੱਚ ਆਗੂ ਹੈਗਾ ਗਾ ਉਧਰੋਂ ਅਸਤੀਫਾ ਲੈ ਕੇ ਦੇ ਦੇ ਜਾਂ ਸਾਨੂੰ ਕਹੇ ਜਾ ਕੇ ਵੀ ਯਾਰ ਮੇਰੇ ਤਾਂ ਕੋਈ ਸ਼ਾਰੇ ਦੀ ਗੱਲ ਨਹੀਂ ਸਰਕਾਰ ਨੂੰ ਕਹੇ ਕੋਈ ਖਬਰ ਲਵਾਵੇ ਕੁਛ ਹੋਰ ਕਰੇ ਹਾਲਾਂਕਿ ਉਲਟਾ ਵੀ ਯਾਰ ਕਿਸਾਨਾਂ ਨੂੰ ਜਾਂ ਜਿਹੜੇ ਲੋਕ ਬੈਠੇ ਨੇ ਧਰਨਿਆਂ ਦੇ ਉੱਤੇ ਬੈਠੇ ਨੇ ਜਾਂ ਹੋਰ ਇਹਨਾਂ ਨੂੰ ਕਾਂਗਰਸ ਭੜਕਾ ਕੇ ਧਰਨਿਆਂ ਦੇ ਵਿੱਚ ਭੇਜੀਏਗੀ ਭੇਜਦੀ ਹੈ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਗਾ ਇਹ ਦੱਸਣ ਵਾਸਤੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਨੇਗੇ ਇਸ ਕਰਕੇ ਅਸੀਂ ਇਹਨੂੰ ਘੇਰਿਆ ਅੱਜ ਵੀ ਯਾਰ ਕਿਵੇਂ ਸਾਡੇ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਉਹ ਤੁਹਾਡੇ ਪ੍ਰਤੀ ਹੈਗਾ ਹੈਗਾ ਆਉਣ ਵਾਲਿਆਂ ਦੇ ਵਿੱਚ ਹੋਰ ਵੀ ਵੱਧ ਰਿਹਾ ਜੇ ਕੋਈ ਹੋਰ ਮੰਤਰੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੜ ਆ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ ਤਾਂ ਉਹਦਾ ਜਵਾਬ ਲੋਕ ਇਸੇ ਤਰ੍ਹਾਂ ਦੇਣਗੇ ਕਿੰਨਾ ਸਮਾਂ ਜਿਹੜਾ ਘਰਾਓ ਜਿਹੜਾ ਇਹ ਸਾਡਾ ਅਣਮਿੱਥੇ ਸਮੇਂ ਲਈ ਘਰਾਓ ਹੈ ਜੇ ਕੋਈ ਅੰਦਰੋਂ ਕੋਈ ਗੱਲਬਾਤ ਉਹ ਕਰਨੀ ਚਾਹੁੰਦਾ ਅਸੀਂ ਉਹ ਵੀ ਕਰਨ ਨੂੰ ਤਿਆਰ ਹੈ ਪ੍ਰਸ਼ਾਸਨ ਰਾਹੀਂ ਗੱਲ ਆਈ ਹੈ ਸਾਡੀ ਬਾਕੀ ਅਸੀਂ ਸੂਬਾ ਕਮੇਟੀ ਨੂੰ ਪੁੱਛਦੇ ਹਾਂ ਜਿਵੇਂ ਸਾਨੂੰ ਉੱਪਰੋਂ ਐਲਾਨ ਹੋਊਗਾ ਅਸੀਂ ਉਹਦੇ ਹਿਸਾਬ ਨਾਲ ਗਾਹਾਂ ਜਿਹੜਾ ਪ੍ਰੋਗਰਾਮ ਉਹਨੂੰ ਲਿਖਾਂਗੇ ਕਿੰਨੇ ਸਮੇਂ ਤੋਂ ਘਰਾਓ ਕੀਤਾ ਹੋਇਆ ਜੀ ਸਾਡਾ ਸਵੇਰੇ ਜਦੋਂ ਵੀ ਇਹ ਆਇਆ ਉਰੇ 9:30-10 ਵਜੇ ਮਿਲ 10 ਵਜੇ ਆਇਆ ਇੰਟਰ ਹੋਇਆ ਸਾਡੀ ਫੋਰਸ ਤਿਆਰ ਸੀ ਸਾਡੇ ਕੋਲ ਸਾਨੂੰ CID ਸੀਗੀ ਅਸੀਂ ਨਾਲ ਦੀ ਨਾਲ ਅੰਦਰ ਵੜਦੇ ਦਾ ਇਹਦਾ ਜਿਹੜਾ ਘਰਾਓ ਕਰ ਲਿਆ ਸੀਗਾ ਮੁਕੰਮਲ ਤੌਰ 'ਤੇ ਸਾਡੇ ਨਾਲ ਹੋਰ ਵੀ ਆਗੂ ਨੇ ਮਨੋਰੰਜਨ ਕਾਲੀਆ ਦਾ ਕਹਿਣਾ ਗਾ ਵੀ ਅਸੀਂ ਜਿਹੜਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਮੈਂ ਸਰਕਾਰ ਨਾਲ ਗੱਲਬਾਤ ਕਰਾਉਣ ਨੂੰ ਤਿਆਰ ਹਾਂਗਾ ਤੁਸੀਂ ਜਥੇਬੰਦੀ ਵੱਲੋਂ ਕੀ ਕਹਿਣਾ ਚਾਹੋਗੇ ਵੀ ਗੱਲਬਾਤ ਕਰਨ ਲਈ ਤਿਆਰ ਹੋ ਗੱਲਬਾਤ ਕਰਨ ਦਾ ਸਾਰੀਆਂ ਜਥੇਬੰਦੀਆਂ 14 ਤਰੀਕ ਨੂੰ ਦਿੱਲੀ ਦੇ ਵਿੱਚ ਗਈਆਂ ਨੇ ਪਰ ਜੇ ਸਾਡੇ ਨਾਲ ਗੱਲਬਾਤ ਕਰਨੀ ਹੁੰਦੀ ਗੱਲਬਾਤ ਵਾਲੇ ਕਰਨੀ ਨਹੀਂ ਚਾਹੁੰਦੇ ਸਾਡਾ ਕੀ ਘੋਲ ਹੈ ਜਿਹੜਾ ਉਹ ਲੀਹੋ ਲਾਉਣ ਖਾਤਰ ਆਇਆ ਮਨੋਰੰਜਨ ਕਾਲੀਆ ਵੀ ਹੋਰ ਕਿਸਾਨਾਂ ਨੂੰ ਬਲਗਾੜ ਦੇ ਵਿੱਚ ਪੈਦਾ ਕਰ ਦਿਆਂ ਕਿਸਾਨ ਤਾਂ ਕਿਤੇ ਗੱਲਬਾਤ ਤੋਂ ਭੱਜੇ ਨਹੀਂ ਸਾਡੇ ਨਾਲ ਤਾਂ ਗੱਲਬਾਤ ਬਹਿ ਕੇ ਮੋਦੀ ਸਰਕਾਰ ਕਰ ਲਏ ਅਮਿਤ ਸ਼ਾਹ ਕਰ ਲਏ ਜਿੰਨੇ ਇਹਨਾਂ ਦੇ ਜਿਹੜੇ ਉੱਪਰਲੇ ਅਧਿਕਾਰੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਟੇਬਲ 'ਤੇ ਬੈਠ ਕੇ ਅਸੀਂ ਗੱਲਬਾਤ ਕਰਨ ਜਾਣਦਾ ਜੋਸ਼ ਅਤੇ ਹੋਸ਼ ਅਸੀਂ ਕਾਇਮ ਰੱਖਿਆ ਇਸ ਕਰਕੇ ਅਸੀਂ ਮਨੋਰੰਜਨ ਕਾਲੀਏ ਨੂੰ ਕਹਿੰਦੇ ਹਾਂ ਵੀ ਜਿਹੜਾ ਇਹ ਬਲਗਾੜ ਪੈਦਾ ਕਰਦੇ ਹੋ ਜਿਵੇਂ ਇਹਨਾਂ ਦੇ ਸ਼ਰਜੀਤ ਜੈਣੀ ਨੇ ਕਿਹਾ ਉਹਨੇ ਬਹੁਤ ਵਧੀਆ ਕਿਹਾ ਵੀ 3 ਬੰਦਿਆਂ ਦੇ ਹੱਥ ਹੈ ਜਾਂ ਭਾਜਪਾ ਦੇ ਜਿਹੜੇ ਆਗੂ ਨੇ ਅਮਿਤ ਸ਼ਾਹ ਅਤੇ ਮੋਦੀ ਉਹ ਕਿਸਾਨਾਂ ਨਾਲ ਬਹਿ ਕੇ ਮਿਲ ਬੈਠ ਕੇ ਮਸਲਾ ਹੱਲ ਕਰਨ ਤਾਂ ਹੋ ਸਕਦਾ ਪਰ ਐਸ ਲੋਟ ਜਿਵੇਂ ਮਨੋਰੰਜਨ ਕਾਲੀਆ ਇਹਦੇ ਥਾਪੀ ਦੇਣ ਆਇਆ ਵੀ ਤੁਸੀਂ ਪਿੱਛੇ ਨਾ ਹਟਿਓ 4 ਦਿਨਾਂ ਦੇ ਵਿੱਚ ਕਿਸਾਨ ਘਰਾਂ ਨੂੰ ਤੁਰ ਜਾਣਗੇ ਉਹ ਅਸੀਂ ਗੱਲ ਦੱਸਣਾ ਹੈ ਵੀ ਘਰਾਂ ਨੂੰ ਜਾਣ ਵਾਲੇ ਨਹੀਂ ਅਸੀਂ ਬਿਹਤਰੇ ਆਪਦੇ ਬੰਨ ਕੇ ਆਏ ਹਾਂ ਸਾਨੂੰ ਪਤਾ ਹੈ ਵੀ ਜੇ ਕਾਨੂੰਨ ਮੁਕੰਮਲ ਤੌਰ 'ਤੇ ਪੂਰੇ ਅਮਲੀ ਜਾਮੇ 'ਤੇ ਲਾਗੂ ਹੋ ਗਏ ਤਾਂ ਸਾਡੀ ਮੌਤ ਦੇ ਬਰੰਟ ਨੇ ਅਸੀਂ ਆਪਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਇਸ ਕਰਕੇ ਅਸੀਂ ਪਹਿਲਾਂ ਸੈਂਟੀ ਦਾ ਘਿਰਾਓ ਕੀਤਾ ਅੱਜ ਜਦ ਸਾਨੂੰ ਪਤਾ ਲੱਗਿਆ ਕਿ ਮਨੋਰੰਜਨ ਕਾਲੀ ਅੰਦਰ ਹੈ ਅਸੀਂ ਮਨੋਰੰਜਨ ਕਾਲੀ ਦਾ ਘਿਰਾਓ ਕੀਤਾ ਅਣਮਿੱਥੇ ਸਮੇਂ ਤੱਕ ਸਾਡਾ ਘਿਰਾਓ ਜਾਰੀ ਰਹੂ ਸਰ ਇੱਕ ਪਾਸੇ ਕਿਸਾਨਾਂ ਦਾ ਜਿਹੜਾ ਲਗਾਤਾਰ ਰੋਸ ਪ੍ਰਦਰਸ਼ਨ ਹੈ ਉਹ ਬਾਹਰ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਉਸ ਹਾਲਾਤਾਂ ਦੇ ਵਿੱਚ ਵੀ ਇਸ ਤਰੀਕੇ ਦੇ ਕਿਉਂਕਿ ਕਿਸਾਨਾਂ ਵੱਲੋਂ ਤਾਂ ਲਗਾਤਾਰ ਕਿਹਾ ਜਾ ਰਿਹਾ ਵੀ BJP ਜਿਹੜੇ ਨੇਤਾ ਉਹਨਾਂ ਦਾ ਘਿਰਾਓ ਕੀਤਾ ਜਾਏਗਾ ਦੇਖੋ ਐਸਾ ਹੈ ਜਮਹੂਰੀਅਤ ਹੈ ਭਾਰਤ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਆਪਣੀ ਗੱਲ ਮਨਵਾਉਣ ਦਾ
अपना रोष व्यक्त करन दा अधिकार है। सो उस नाते किसान भरावां नूं भी जिहड़ी गल उन्हां नूं किसे गल ते रोष है तो उन्हां नूं व्यक्त करन दा अधिकार है। भारतीय किसान यूनियन एकता ग्राहां वल्लों भाजपा के सीनियर आगू मनोरंजन कालिया का सवेरे 9 बजे तो लगातार घराओवा जिहड़ा वह जारी आ। भाजपा के जिला प्रधान के घर के अगे घरे वो मीटिंग करन पहुंचे सन। इस मसले पर मनोरंजन कालिया का कहना गया, असीं नगर कौंसल चोणां नूं लैके अपने आगुआं नाल मीटिंगां कर रहे हैं। दूसरे पास उन्होंने कहा भी किसानां नाल गलबात करन नूं तैयार ने, केंद्र सरकार नाल भी गलबात कराउण तैयार ने। उन्होंने कहा कम्यूनीकेशन गैप करके जिहड़ी गलबात आ उह नहीं हो रही, आउण वाले दिनां दे विच इस गल दा कोई हल भी कढ लिया जाएगा। बरनाला तो कमलजीत संधू, न्यूज़ पंजाब, हरियाणा, हिमाचल। कितनी प्यारी, आए हाय, जाने क्या खाए। 6 महीने में होगा माँ का दूध ही। ना रे ना, जरूर खाए कुछ और भी। दीदी चावल का माड़ या फिर दाल का पानी। ध्यान से देख, है कुछ और कहानी। मुन्नी ऐसी बढ़ती जाए। बताओ ना क्या क्या खाए। यही सब, पर 6 महीने की हुई अभी तो। अरे तभी तो। घर में जो भी हो सब पकाओ, गाढ़ा बनाओ और खिलाओ। 6 महीने जब पूरे हो जाएं, पेट पूजा की घड़ी आए